ਚੀਜ਼ ਤੇ ਬਾਸ ਹੁੰਦੀ ਪਈ ਆ ਮੜਿਆ ਨਗਾ ਦਈਏ ਬਾਸ ਨੂੰ ਉਈ ਇਹ ਸ਼ਰਾਬੀ ਹੈ ਸ਼ਰਾਬੀ ਕਿਸੇ ਨੂੰ ਨਹੀਂ ਪਤਾ ਕਿਹੜੀ ਬਾਸ ਸੀ ਅਸੀਂ ਵੀ ਦੱਸਣਾ ਹੀ ਬਤਾ ਅਗਲਾ ਵੀ ਬਲੌਗ ਦੇਖਦਾ ਹੋਵੇ ਇੱਕ ਚੀਜ਼ ਦੇਖਿਓ ਤੁਸੀਂ ਜਿਹੜੀ ਚੀਜ਼ ਦੁਕਾਨ ਵਾਲਿਆਂ ਤੋਂ ਨਹੀਂ ਹੈ ਨਾ ਉਹ ਧੱਕੇ ਨਾਲ ਦੂਜੀ ਚੀਜ਼ ਫੜਾਈ ਜੋਗੇ ਇਹ ਲੈ ਲਓ ਤੁਸੀਂ ਇਹ ਜਿਆਦੀ ਵਧੀਆ ਆ ਪਰ ਅੱਜ ਮੈਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਈ ਮੈਂ ਨਹੀਂ ਨਹੀਂ ਲੈਣਾ ਗੁਰਲੀਨ ਹੋ ਜਾਂਦੀ ਗੱਲਾਂ 'ਚ ਆ ਜਾਂਦੀ ਹੁੰਦੀ ਐ ਇਹਦਾ ਮੂੰਹ ਦੇਖਣ ਵਾਲਾ ਸੀ ਉਹ ਦੋਈ ਨੂੰ ਕਹਿੰਦਾ ਆਹ ਲੈ ਲਓ ਉਹ ਲੈ ਲਓ ਮਸੀ ਕਿਤੇ ਮੂੰਹ 'ਚੋਂ ਨਾ ਨਿਕਲਦੀ ਸੀਗੀ ਇੱਕ ਦੋ ਚੀਜ਼ਾਂ ਨੂੰ ਉਹਨੇ ਹਾਂ ਕਰਾਗਾ ਵੀ ਲਈ ਲੈ ਵੀ ਆਈ ਆ ਤੇਰੇ ਲਈ ਵੀ ਪੰਜ ਹੀ ਵਿਆਹ ਮੇਰੇ ਲਈ ਵੀ ਪੰਜ ਹੀ ਵਿਆਹ ਪਰ ਤੂੰ ਇੰਨਾ ਖਰਚਾ ਕਰਾਉਂਦੀ ਤੁਸੀਂ ਜ਼ਿਆਦਾ ਘਰਾਇਆ ਅੱਛਾ ਨਾ ਉਹਦੀ ਝੂਠ ਨਾ ਮਾਰੋ ਆ 5 ਲੱਖ ਤੱਕ ਮੈਂ ਪਹੁੰਚਣ ਵਾਲੀ ਹਾਂ ਤੋ ਕਹਿੰਦੇ ਕਹਿੰਦੇ ਕਿ ਸੱਚੀ ਹੁੰਦੇ ਆ ਕਹਿ ਦੋ ਮਜ਼ਾਕ ਆ ਯਾਰ ਮਜ਼ਾਕ ਪਰ ਹੋ ਵੀ ਸਕਦਾ ਸਾਡਾ ਕੋਈ ਪਤਾ ਨਹੀਂ हां जी सत श्री अकाल जी वेलकम बैक टू अवर चैनल मिस्टर एंड मिसेस स्टाइलिश और सुनाओ सारे जने की हाल चाल है ਸਾਡੇ ਵੀ ਹਾਲੇ ਚਾਲੇ ਵਧੀਆ ਹੈ ਧੁੱਪ ਨਿਕਲੀ ਪਈ ਆ ਅੱਜ ਹਾਂਜੀ ਮੈਂ ਕੱਲ ਵਾਲੇ ਵਲੌਗ 'ਚ ਜੇ ਆਪਾਂ ਕਿਹਾ ਸੀ ਵੀ ਅਰਦਾਸ ਕਰਿਓ ਧੁੱਪ ਨਿਕਲ ਆ ਜਾ ਨਿਕਲ ਜਵੇ ਹਾਂਜੀ ਤੁਸੀਂ ਇੰਨੀ ਜਲਦੀ ਕੀਤੀ ਰੱਬ ਨੇ ਇੰਨੀ ਜਲਦੀ ਸੁਣ ਲਈ ਪਿਆ ਜਿੰਨੀ ਧੁੱਪ ਆ ਨਾ ਮੂੰਹ ਤੇ ਵੀ ਲਾਈਟਾਂ ਪੈ ਰਹੀਆਂ ਆ ਕਹਿਣਾ ਕਿ ਇੰਨੀ ਤਗੜੀ ਅਰਦਾਸ ਕਹਿਣਾ ਕਹਿਣਾ ਕਰ ਦਿੱਤੀ ਜਿਹੜੀ ਧੁੱਪ ਅੱਜ ਹੀ ਆਗ ਨਿਕਲਿਆ ਹੀ ਕੱਲ ਹਜੇ ਕਿਹਾ ਸੀ ਕਹਿਣ ਨੂੰ ਤੇ ਅੱਜ ਧੁੱਪ ਅੱਗੇ ਤੋਂ ਵੀ ਕੋਈ ਵੀ ਫਰਮਾਇਸ਼ ਰੱਖਣੀ ਹੋਵੇ ਤਾਂ ਮੈਂ ਕਹਿੰਦਾ ਤੁਹਾਡੇ ਸਾਰਿਆਂ ਮੂਰੇ ਰੱਖ ਲਈਏ ਹੈ ਬਾਕੀ ਸਾਡੀਆਂ ਤਿਆਰੀਆਂ ਸ਼ਿਆਰੀਆਂ ਚੱਲੀ ਜਾਣ ਦੀਆਂ ਆ ਵਿਆਹ ਦੀਆਂ ਹਾਂਜੀ ਥੋੜਾ ਜਿਹਾ ਅੱਜ ਸਮਾਨ ਰਹਿੰਦਾ ਸੀਗਾ ਅੱਜ ਮੇਰਾ ਸਪੈਸ਼ਲ ਚੀਜ਼ ਹਾਂਜੀ ਚਲੋ ਸ਼ੁਕਰ ਆਪਣੇ ਮੂੰਹੇ ਮੰਨ ਲਈ ਸੱਚਾਈ ਨਹੀਂ ਤੇ ਕਿਤੇ ਮੇਰੇ ਸਿਰ ਦੀ ਨਾਮ ਲਾਤਾ ਵੀ ਅੱਜ ਵੀ ਮੇਰੀ ਚੀਜ਼ ਹੀ ਲੈਣ ਚੱਲੇ ਚੱਲੇ ਇਹਨਾਂ ਨੇ ਵੀ ਲੈਣੀ ਆ ਆਪਣੀ ਮੈਂ ਵੀ ਲੈਣਾ ਆ ਕੋਈ ਨਹੀਂ ਦਿਖਾ ਦੂ ਮੈਂ ਜਦੋਂ ਲੈ ਕੇ ਆਏ ਇਹਨੇ ਅੱਜ ਲੈਣਾ ਚੂੜਾ ਲੈਣਾ ਇਹਨੇ ਅੱਜ ਅੱਜ ਚੱਲਿਆ ਚੂੜਾ ਲੈਣ ਨਾਲੇ ਥੋੜਾ ਬਹੁਤ ਹੋਰ ਸਮਾਨ ਆ ਪਿੱਛੇ ਜਿਹਦਾ ਹਜੇ ਲਿਆ ਸੀ ਮੈਂ ਕਿਹਾ ਬੜਾ ਸੋਹਣਾ ਚੂੜਾ ਦੇਖੋ ਦਿਖਾ ਦਾਂ ਜਰਾ ਆ ਦੇਖੋ ਕੀ ਹੋਇਆ ਇਹਨੂੰ ਸੋਚਿਆ 3-4 ਵਿਆਹ ਆ ਫਿਰ ਚੂੜਾ ਲੈਣਾ ਤਾਂ ਬੰਦਾ ਹੀ ਆ ਇੱਕ ਹੋਰ ਵਿਆਹ ਦੀ ਰਾਤੀ ਸਾਨੂੰ ਨਿਊਜ਼ ਮਿਲ ਗਈ ਆ ਹੌਣਾ ਇੱਕ ਹੋਰ ਵਿਆਹ ਆ ਗਿਆ 6ਵਾਂ ਵਿਆਹ ਹੋ ਗਿਆ ਇਹ 1-2-3-4-5 ਹਾਂ 6ਵੇਂ ਦੀ 6ਵੇਂ ਦੀ ਤਿਆਰੀ ਹੋ ਗਈ ਆ ਉਹ ਹਜੇ ਡੇਟ ਫਿਕਸ ਕਰਦੇ ਪਏ ਆ ਉਹਦਾ ਡੇਟ ਫਿਕਸ ਨਹੀਂ ਹੋਈ ਇਹ ਰਾਤੀ ਜਦੋਂ ਇਹਨਾਂ ਨੂੰ ਮੈਸੇਜ ਆਇਆ ਇਹ ਹੱਸੀ ਜਾਣ ਵੀ ਕੀ ਹੋਇਆ ਕਹਿੰਦੇ ਆ ਦੇਖ ਲਾ 14 ਨੂੰ ਕਹਿੰਦਾ ਸੀ ਮਿਲਾਦਾ ਅਸੀਂ ਵੈਲੈਂਟਾਈਨ ਡੇ ਉੱਥੇ ਪੈਲਸ 'ਚ ਬਣਾਵਾਂਗੇ ਤੇ ਮੈਂ ਸੋਚਿਆ ਚਲੋ ਹਜੇ ਚੂੜਾ ਲੈ ਲਈਏ ਫਿਰ ਗਰਮੀਆਂ ਨੂੰ ਤਾਂ ਆਪਾਂ ਨੂੰ ਹਾਫ ਕਰਨਾ ਪੈਂਦਾ ਸਾਰਾ ਪਿੰਦਾ ਨਹੀਂ ਗਰਮੀ ਕਰਕੇ ਨਾਲੇ ਮੇਰੇ 3 ਸੀਗੇ ਮੈਂ ਕਿਹਾ 4th ਹੋ ਜਾਊਗਾ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਨਾ ਕੰਮ ਆਪਣਾ ਧਿਆਨ ਸਾਰਾ ਕੰਮ 'ਚ ਰੱਖਿਆ ਕਰੋ ਵੇਲਾ ਦਿਮਾਗ ਮਤਲਬ ਸ਼ੈਤਾਨ ਦਾ ਘਰ ਕੋਈ ਨਹੀਂ ਸੇਮ ਜਿੱਦਾਂ ਤੁਹਾਡਾ ਹੁੰਦਾ ਤੇ ਤੇਰੇ ਲਈ ਵੀ 5 ਹੀ ਵਿਆਹ ਮੇਰੇ ਲਈ ਵੀ 5 ਹੀ ਵਿਆਹ ਪਰ ਤੂੰ ਇੰਨਾ ਖਰਚਾ ਕਰਾਉਂਦੀ ਹੈ ਤੁਸੀਂ ਜ਼ਿਆਦਾ ਘਰਾਇਆ ਅੱਛਾ ਨਾ ਉਹਦੀ ਝੂਠ ਨਾ ਮਾਰੋ ਮੈਂ ਕੀ ਖਰਚਾ ਕਰਾਇਆ ਜਿਹੜੇ 5 ਤੇ ਤੂੰ ਜਾਣਾ ਮੈਂ ਵੀ ਉਹੀ 5 ਤੇ ਜਾਣਾ ਪਰ ਇੰਨਾ ਖਰਚਾ ਕਰਾਇਆ ਇੰਨਾ ਖਰਚਾ ਕਰਾਇਆ ਝੂਠ ਮਾਰਦੇ ਪਏ ਇਦਾਂ ਦਾ ਕੁਝ ਨਹੀਂ ਹੈ ਇਹਨਾਂ ਨੇ ਜ਼ਿਆਦਾ ਕੀਤਾ ਆ ਆ 5 ਲੱਖ ਤੱਕ ਮੈਂ ਪਹੁੰਚਣਾ ਲਈ ਹਾਂ ਤੋ ਕਹਿੰਦੇ ਕਹਿੰਦੇ ਕਿ ਸੱਚੀ ਹੁੰਦੇ ਆ ਕਹਿ ਦੋ ਮਜ਼ਾਕ ਆ ਯਾਰ ਮਜ਼ਾਕ ਸਾਡੇ ਤੋਂ ਇੰਨੇ ਪੈਸੇ ਕਿੱਥੋਂ ਪਰ ਹੋ ਵੀ ਸਕਦਾ ਸਾਡਾ ਕੋਈ ਪਤਾ ਨਹੀਂ ਇਹ ਹੁਣ ਤੁਹਾਡੇ ਤੇ ਤੁਸੀਂ ਯਕੀਨ ਕਰਨਾ ਯਕੀਨ ਕਰਨਾ ਕਿ ਨਹੀਂ ਕਰਨਾ ਉਧਰ ਚੁਗਲਖੋਰਾਂ ਦੇ ਹੋਲ ਪੈ ਗਏ ਨੇ ਸੁਣ ਕੇ ਰਾਤੀ ਵੀ ਇਹਨਾਂ ਸੀ ਵਲੌਗ ਪਾਇਆ ਸੀ ਸ਼ਾਪਿੰਗ ਵਾਲਾ ਉਧਰ ਇਹਨਾਂ ਨੇ ਮੁੰਡੇ ਨੂੰ ਫੋਨ ਲਾ ਲਿਆ ਵਿਆਹ ਵਾਲੇ ਨੂੰ ਉਹ ਕਹਿੰਦੇ ਅੱਛਾ ਫੇ ਕਰੀ ਜਾਂਦੇ ਆ ਸ਼ਾਪਿੰਗਾਂ ਵਗੈਰਾ ਇਹ ਵਿਆਹ ਹੈਗਾ ਆ ਆਪਣੇ ਮੇਰੇ ਜਿਗਰੀ ਯਾਰ ਦਾ ਵਿਆਹ ਆ ਸਭ ਤੋਂ ਮਤਲਬ ਉਹਦੇ ਵਿਆਹ ਤੋਂ ਸਟਾਰਟਿੰਗ ਹੋਣ ਲੱਗੀ ਆ ਉਹ ਮਤਲਬ ਪਹਿਲਾਂ ਸਾਨੂੰ ਇਹ ਵਿਆਹ ਦਾ ਬਿਲਕੁਲ ਆਈਡੀਆ ਨਹੀਂ ਸੀਗਾ ਕਿਉਂਕਿ ਸਾਡੇ ਇੱਥੇ ਕੁਟੀਆ ਉਹ ਹੁੰਦਾ ਪਾਠ ਸਾਡੇ ਗੁਰਦੁਆਰਾ ਆ ਹਾਂਜੀ ਪਹਿਲਾਂ ਸਵੇਰ ਨੂੰ ਅਸੀਂ ਉਧਰ ਹੋਣਾ ਸ਼ਾਮ ਨੂੰ ਮਾਗੀ ਤੇ ਹਾਂ ਮਾਗੀ ਤੇ ਉਹ ਉੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਹੁੰਦੇ ਫਿਰ ਅਸੀਂ ਵੀ ਜਾਈਦਾ ਹੁੰਦਾ ਫਿਰ ਸ਼ਾਮ ਨੂੰ ਇਹ ਫੇ ਇਹਨਾਂ ਨੇ ਜਾਣਾ ਉਧਰ ਨੂੰ ਮੈਂ ਜਾਣਾ ਫਿਰ 15 ਨੂੰ ਵਿਆਹ ਤੇ ਫਿਰ 16 ਨੂੰ ਵਿਆਹ ਸਾਰੇ ਨੂੰ ਸ਼ਫਲ ਲਾ ਕੇ ਕਨਫਿਊਜ਼ ਹੋ ਗਏ ਸਾਰੇ ਕਦੋਂ ਕੀ ਹੈਗਾ ਕੋਈ ਨਾ ਤਾਂ ਨਾਲ ਨਾਲ ਦਿਖਾਈ ਜਾਵਾਂਗੇ ਪਰ ਵਲੌਗ ਸਾਡੇ ਮਿਲਣਾ ਤਾਂ ਲੇਟ ਪੈਣਾ ਹਜੇ ਵਿੱਚ 2-3 ਹੈਗੇ ਆ ਨਾ ਹਾਂ ਵਲੌਗ ਸਾਡੇ ਲੇਟ ਪਊਗੇ ਵਿੱਚ ਅਸੀਂ ਬਣਾਏ ਆ ਹਾਂਜੀ ਤੁਸੀਂ ਵਲੌਗਾਂ ਦੇ ਤੁਸੀਂ ਵਲੌਗਾਂ ਦੇ ਪੈਟਰਨ ਨਾਲ ਤੁਰਨਾ ਆ ਹਾਂ ਤੇ ਜਿੱਦਾਂ ਹੁਣ ਜਾਣਾ ਭਾਵੇਂ ਅਸੀਂ ਜਾਣਾ ਤਾਂ ਪਰਸੋਂ ਨੂੰ ਆ ਉੱਥੇ
ਪਰ ਉਹ ਬਲੌਗ ਤੁਹਾਨੂੰ ਹਜੇ ਜ਼ਿਆਦਾ ਚਾਰ ਕੁ ਦਿਨ ਤੱਕ ਮਿਲਦਾ ਜ਼ਿਆਦਾ ਅੱਗੇ ਪਿੱਛੇ ਦਿਨ ਤਾਂ ਆਉਂਗੇ ਕਿਉਂਕਿ ਬਣਾ ਕੇ ਰੱਖਿਆ ਸੀ ਪਾਉਣ ਦਾ ਟਾਈਮ ਨਹੀਂ ਮਿਲਿਆ ਨਹੀਂ ਤੇ ਨਾਲ ਨਾਲ ਪੈਂਦੇ ਰਹਿੰਦੇ ਹੁੰਦੇ ਇਦਾਂ ਵੀ ਨਹੀਂ ਹੁਣ ਤੁਸੀਂ ਇਹ ਕਹੋ ਵੀ ਸਾਨੂੰ ਬੇਹੇ ਬਲੌਗ ਦਿਖਾਈ ਜਾਂਦੇ ਆ ਇੱਥੇ ਨਾ ਸਾਡੇ ਮਾਮੇ ਦੀ ਕੁੜੀ ਆ ਓਕੇ ਹੁਣ ਜਦੋਂ ਜਦੋਂ ਮੇਰੇ ਪਿੰਡ ਨੂੰ ਜਾਈਦਾ ਉਹਨਾਂ ਦਾ ਪਿੰਡ ਰਸਤੇ ਚ ਆਉਂਦਾ ਕਹਿੰਦੀ ਭਾਬੀ ਤੁਸੀਂ ਪਿੰਡ ਨੂੰ ਗਏ ਸੀ ਤੁਸੀਂ ਇੱਥੇ ਨਹੀਂ ਆਏ ਵਲੌਗ ਅਸੀਂ ਉਹ ਕਿੰਨੇ ਟਾਈਮ ਬਾਅਦ ਪਾਇਆ ਸੀ ਉਹਨੂੰ ਮੈਂ ਸਮਝਾਇਆ ਮੈਂ ਕਿਹਾ ਇੱਦਾਂ ਨਹੀਂ ਹੁੰਦਾ ਸਾਡਾ ਮਹੀਨਾ ਮਹੀਨਾ ਵੀ ਕਈ ਵਾਰੀ ਬਣਿਆ ਰਹਿੰਦਾ ਆ ਉਹ ਗੁੱਸੇ ਹੋਈ ਫਿਰੇ ਵੀ ਤੁਸੀਂ ਲੰਘ ਗਏ ਸਿੱਧੇ ਸਾਡੇ ਘਰ ਨੂੰ ਨਹੀਂ ਆਏ ਉਦਾਂ ਮੈਂ ਲਾਇਆ ਹੁਣ ਹਿਸਾਬ ਆ ਕਿਤੇ ਵੀ ਜਾਈਏ ਕੋਈ ਨਾ ਕੋਈ ਪਛਾਣ ਹੀ ਲੈਂਦਾ ਫੈਨ ਫੋਲੋਇੰਗ ਵਧਦਾ ਹੀ ਆ ਸਾਡੀ ਇਹਨਾਂ ਦੀ ਉਹ ਕੀ ਹੁੰਦੀ ਆ ਇਮੇਜਿਨੇਸ਼ਨ ਆ ਫੈਨ ਫੋਲੋਇੰਗ ਵਧ ਹੀ ਜਾਂਦਾ ਹੀ ਆ ਬਾਕੀ ਜੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਕੋਈ ਸਾਨੂੰ ਆਉਂਦਿਆਂ ਜਾਂਦੇ ਨੂੰ ਦੇਖ ਵੀ ਲੈਂਦਾ ਨਾ ਤਾਂ ਰੋਕ ਲਿਆ ਕਰੋ ਅਸੀਂ ਰੁਕ ਜਾਣਾ ਕੋਈ ਚੱਕਰ ਨਹੀਂ ਅਸੀਂ ਕੋਈ ਬੀਜੀ ਨਹੀਂ ਹੈਗੇ ਬਸ ਕਰੋ ਨਹੀਂ ਕਈ ਬੰਦੇ ਉਹ ਦੇਖੇ ਨਹੀਂ ਹੈਗੇ ਉਦੋਂ ਜਿਹੜੀ ਬੁੱਲਵਾਲ ਕੁੜੀ ਸੀਗੀ ਹਾਂ ਹੱਸੀ ਜਾਵੇ ਉਹ ਪਰ ਫੋਟੋ ਕਰਾਉਣ ਨਹੀਂ ਆਈ ਉਹ ਮਤਲਬ ਨਾ ਫੋਟੋ ਕਰਾਉਣੀ ਆਈ ਸੰਗੀ ਗਈ ਵੀ ਮੈਂ ਕਿੱਦਾਂ ਜਾਵਾਂ ਆਪਣੇ ਭਰਾ ਨੂੰ ਦੱਸਣ ਲੱਗ ਗਈ ਪਰ ਉਹ ਕਹਿੰਦੇ ਚੱਲ ਜਾ ਪਰ ਹੱਸੀ ਜਾਵੇ ਅਸੀਂ ਗੱਡੀ 'ਚ ਬੈਠੇ ਸੀ ਸ਼ੀਸ਼ੇ ਸਾਡੇ ਥੱਲੇ ਸੀਗੇ ਤੇ ਸਾਨੂੰ ਸਾਰੀ ਆਵਾਜ਼ ਕਲੀਅਰ ਸੁਣਦੀ ਪਈ ਸੀਗੀ ਬਾਕੀ ਠੀਕ ਆ ਤੁਹਾਨੂੰ ਆ ਗਏ ਨਾ ਸਮਝ ਫਟਾਫਟ ਹੱਥ ਦੇ ਲਿਆ ਕਰੋ ਤੇ ਬਾਕੀ ਅੱਗੇ ਕਾਲੇ ਰਹਿੰਦੇ ਫੋਟੋ ਖਿਚਾਉਣ ਵਾਲੇ ਇਹਨਾਂ ਨੂੰ ਹੁਣ ਫੋਟੋ ਖਿਚਾਉਣੀ ਆ ਗਈ ਆ ਹਾਂਜੀ ਤੇ ਬਾਕੀ ਕੋਈ ਨੀ ਗੁਰਲੀਨ ਰਿਕੁਐਸਟ ਕਰਦਿਆ ਕਰੂਗੀ ਮੈਨੂੰ ਮੈਂ ਫੋਟੋ ਫੋਟੋ ਕਰਾ ਲਿਆ ਗੁਰਲੀਨ ਦਾ ਆਪਾਂ ਫ੍ਰੀ ਚ ਕਰਵਾ ਹੀ ਲਿਆ ਕਰਦੀ ਆ ਚਲੋ ਫਿਰ ਮਿਲਦੇ ਆ ਤੁਹਾਨੂੰ ਅਸੀਂ ਚੂੜਾ ਲੈ ਕੇ ਮੈਂ ਦਿਖਾਉਣਾ ਨੀ ਹਜੇ ਮੈਂ ਉਹਦਾ ਵੱਖਰਾ ਦਿਖਾਉਂਗੀ ਅੱਛਾ ਕੀ ਲੈਣਾ ਹਾਂਜੀ ਦਾਦਾ ਹਾਂਜੀ ਤੇ ਚੂੜਾ ਹੋ ਗਿਆ ਆਪਣਾ ਡਨ ਕਰ ਲਈ ਆਪਾਂ ਸ਼ਾਪਿੰਗ ਅੱਜ ਫੇਰ ਦੁਬਾਰਾ ਤੋਂ ਹਾਂਜੀ ਤੁਸੀਂ ਇਹ ਨਾ ਕਿ ਦੂਸਰਾ ਦਿਨ ਹੋ ਗਿਆ ਇਹਨਾਂ ਨੇ ਜੈਕਟ ਚੇਂਜ ਕਰ ਲਈ ਆ ਉਹ ਜੈਕਟ ਮੇਰੇ ਤੋਂ ਥੋੜੀ ਟਾਈਟ ਜੀ ਸੀਗੀ ਅੱਜ ਪਹਿਲੇ ਦਿਨ ਪਾਈ ਸੀ ਲਈ ਸੀਗੀ ਪਹਿਲੇ ਦਿਨ ਪਾਈ ਇਹਨੂੰ ਟਾਈਟ ਲੱਗੀ ਤੇ ਫਿਰ ਮਤਲਬ ਹੋਰ ਕੁਝ ਤੁਸੀਂ ਇਹ ਨਾ ਸਮਝ ਲਓ ਮੈਂ ਮੋਟਾ ਹੋ ਗਿਆ ਆ ਮੋਟੇ ਹੋ ਗਿਆ ਇਹ ਨਹੀਂ ਕਿਸੇ ਨੇ ਵੀ ਸਮਝਣਾ ਉਹ ਥੋੜੀ ਸਹੀ ਨਹੀਂ ਸੀ ਜੈਕਟ ਢਿੱਡ ਤੋਂ ਥੋੜੀ ਟਾਈਟ ਢਿੱਡ ਤੋਂ ਉਹ ਟਾਈਟ ਸੀਗੀ ਮੇਰਾ ਢਿੱਡ ਦੀ ਟਾਈਟ ਸੀ ਢਿੱਡ ਨਹੀਂ ਵੱਡਾ ਸੀ ਹਾਂ ਢਿੱਡ ਨਹੀਂ ਵੱਡਾ ਸੀ ਉਹ ਹੀ ਥੋੜੀ ਛੋਟੀ ਸੀ ਤੇ ਉਹ ਐਕਸਚੇਂਜ ਕਰਵਾ ਲਈ ਆ ਹਾਂਜੀ ਐਕਸਚੇਂਜ ਕਰਵਾ ਲਈ ਆ ਚੂੜਾ ਵੀ ਹੋ ਗਿਆ ਡਨ ਥੋੜਾ ਜਿਹਾ ਆਪਾਂ ਸਮਾਨ ਲਿਆ ਉੱਥੋਂ ਹਾਂਜੀ ਥੋੜਾ ਜਿਹਾ ਇਹਨੇ ਕਿਹਾ ਤੁਸੀਂ ਸਮਝ ਲਓ ਕਿੰਨਾ ਤੇ ਉਹ ਹੁਣ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਉਂਗੀ ਸਾਰਾ ਸਮਾਨ ਆਪਣਾ ਉਹਦਾ ਮੈਂ ਦੇਖਦੇ ਦੇ ਵਿੱਚ ਐਡ ਕਰਨਾ ਕਿ ਅਗਲੇ ਪਾਰ ਹੁਣ ਇਹਨੇ ਖਰੀ ਬਣਨਾ ਮੈਂ ਚੂੜੇ ਵਾਲਾ ਅਲੱਗ ਬਲੌਗ ਬਣਾਉਂਗੀ ਨਹੀਂ ਤਾਂ ਜੇ ਇਹ ਚਾਵੇ ਜੇ ਚਾਵੇ ਤਾਂ ਤੁਹਾਨੂੰ ਹੁਣੇ ਚੂੜਾ ਦਿਖਾ ਸਕਦੀ ਆ ਪਰ ਇਹਨੇ ਖਰੀ ਬਣਨਾ ਅਲੱਗ ਬਲੌਗ ਬਣਾ ਕੇ ਉਹਦਾ ਮੇਰੀ ਨਵੀਂ ਵੋਚ ਨਾ ਤੋੜ ਦੇ ਨਾਲੇ ਚੂੜਾ ਮਾਰਿਆ ਇੱਧਰ ਨੂੰ ਨਹੀਂ ਮੈਂ ਦੇਖਦੀ ਆ ਵੀ ਵਲੌਗ ਇੰਨਾ ਬਣਿਆ ਵੀ ਨਹੀਂ ਹੈਗਾ ਵੀ ਜੇ ਇਹਦੇ ਵਿੱਚ ਐਡ ਕਰਨਾ ਹੋਇਆ ਪੈਦੇ ਚ ਕਰ ਦੇਣਾ ਜੇ ਵੱਡਾ ਹੋ ਗਿਆ ਤਾਂ ਫਿਰ ਨੈਕਸਟ ਪਾਰਟ ਹਾਂਜੀ ਵੱਡਾ ਤਾਂ ਆਪਾਂ ਕਰ ਹੀ ਲੈਣਾ ਤੁਹਾਨੂੰ ਪਤਾ ਜੇ ਹੁਣ ਅਸੀਂ ਗੱਲਾਂ ਮਾਰਨ ਤੇ ਆ ਗਏ ਮਤਲਬ ਵਲੌਗ ਹੋ ਗਿਆ ਵੱਡਾ ਹਾਂਜੀ ਤੇ ਬਸ ਤੇ ਉਦਾਂ ਵੀ ਸਾਨੂੰ ਆਪ ਹੀ ਤੁਹਾਨੂੰ ਪਤਾ ਨੰਨੇ ਮੁੰਨੇ ਵਲੌਗ ਸਾਨੂੰ ਪਸੰਦ ਨਹੀਂ ਹੈਗੇ ਤੇ ਵਲੌਗ ਆਪਾਂ ਬਣਾ ਲਈਦਾ ਫੇਰ ਉਦਾਂ ਮੈਨੂੰ ਤਾਂ ਕਈ ਵਾਰ ਇਦਾਂ ਲੱਗਦਾ ਰਹਿੰਦਾ ਜਿੱਦਾਂ ਅਸੀਂ ਬਣੇ ਹੀ ਵਲੌਗਾਂ ਲਈ ਹਨਾ ਇਹਨਾਂ ਨੂੰ ਲੱਗਦਾ ਉਹ ਹੋਰ ਕਿਸੇ ਕੰਮ 'ਚ ਨਹੀਂ ਇੰਨਾ ਇੰਟਰਸਟ ਹੁੰਦਾ ਜਿੱਦਾਂ ਹੁਣ ਜੋਬ ਜੂਬ ਤੇ ਜਾਈਦਾ ਜਾਂ ਹੋਰ ਜਿੰਨਾ ਵਲੌਗ ਬਣਾਉਣ 'ਚ ਮਜ਼ਾ ਆਉਂਦਾ ਇੰਟਰਸਟ ਬੰਦੇ ਦਾ ਹੌਲੀ ਹੌਲੀ ਬਣ ਹੀ ਜਾਂਦਾ ਵਾ ਸਾਡਾ ਤਾਂ ਕੋਈ ਜ਼ਿਆਦਾ ਹੀ ਇੰਟਰਸਟ ਆ ਹਾਂਜੀ ਤੇ ਹੁਣ ਬਸ ਘਰ ਨੂੰ ਚੱਲੇ ਆ ਆਪਾਂ ਘਰੇ ਜਾ ਕੇ ਦੇਖ ਅੱਗੇ ਦਾ ਕੈਰੀ ਔਨ ਕਰਦੇ ਆ ਜਿੱਦਾਂ ਉਹ ਹੁਣ ਸਾਡੀ ਜਦੋਂ ਹੁਣ ਅਗਲੀ ਪੀੜ੍ਹੀ ਆਉਣੀ ਆ ਉਹਨਾਂ ਨੇ ਕਿਹਾ ਕਹਿੰਦਾ ਸਾਡੇ ਦਾਦੇ ਪੜਦਾਦੇ ਵਲੌਗ ਬਣਾਉਂਦੇ ਹੁੰਦੇ ਅਸੀਂ ਉਹਨਾਂ ਦੇ ਪੋਤੇ ਹਾਂ ਅਸੀਂ ਉਹਨਾਂ ਦੇ ਆ ਮਤਲਬ ਇੱਕ ਰੀਤ ਨਹੀਂ ਸ਼ੁਰੂ ਹੁੰਦੀ ਹੁੰਦੀ ਵੀ ਕਹਿੰਦੇ ਹੁੰਦੇ ਯਾਰ ਸਾਡਾ ਦਾਦਾ ਆਰਮੀ 'ਚ ਸੀਗਾ ਸਾਡਾ ਦਾਦਾ ਪੁਲਿਸ 'ਚ ਸੀ ਇੱਦਾਂ ਸਾਡੇ ਇੱਦਾਂ ਸ਼ੁਰੂ ਹੋਣਾ ਕਹਿੰਦਾ ਸਾਡੀ ਦਾਦੀ ਵਲੌਗ ਬਣਾਉਂਦੇ ਹੁੰਦੇ ਸੀ ਸਾਡੀ ਦਾਦੀ ਵਲੌਗ ਬਣਾਉਂਦੇ ਹੁੰਦੇ ਸੀ ਘੇੜ ਘੇੜ ਜੀ ਸਾਰੀ ਹਿਸਟਰੀ ਨੂੰ ਉਹਨੇ ਦੇਖ ਲੈਣੀ ਯੂਟਿਊਬ ਤੇ ਅਗਲੇ ਲੱਭ ਕੇ ਜਾਣਗੇ ਅੱਛਾ ਸਾਡੀ ਦਾਦੀ ਇੱਥੇ ਟਿੱਕੀਆਂ ਖਾਂਦੀ ਹੁੰਦੀ ਸੀ ਉਹ ਭਾਈ ਦੇ ਅੱਗੇ ਦਾਦੇ ਉਹ ਪੋਤੇ ਬਣਾਉਂਦੇ ਹੁਣੇ ਟਿੱਕੀਆਂ ਅੱਛਾ ਮਤਲਬ ਉਹ ਟਿੱਕੀਆਂ ਦੇ ਰਹੇ ਇੱਧਰ ਪਿੱਛੋਂ ਕਰ ਦੋ ਇਹ ਹੁਣ ਬਸ ਅੱਜ ਸੀ ਕਾਲੀ ਸਾਰੀ ਸ਼ਾਪਿੰਗ ਅੱਜ ਹੋ ਗਿਆ ਸਾਰਾ ਕੰਮ ਡਨ ਹੋ ਗਿਆ ਆ ਮਤਲਬ ਸਟੈਂਪ ਲੱਗ ਗਈ ਪੱਕੀ ਇਦਾਂ ਕਰਕੇ ਕਿਉਂਕਿ ਦਿਨ ਵੀ ਤੇ ਇੱਕ ਕੱਲ ਦੇ ਰਹਿ ਗਿਆ ਪਰਸੋਂ ਲੱਗ ਗਈ ਨਾ ਪੱਕੀ ਕਰਕੇ ਹਾਂ
ਦੇਖ ਲਓ ਤੁਹਾਡੇ ਮੂਹਰੇ ਪਛਾਤਾ ਮੈਂ ਹੁਣ ਜੇ ਕੱਲ ਨੂੰ ਕਹੋਗੀ ਮੈਂ ਆਹ ਸਮਾਨ ਲੈਣਾ ਤੁਹਾਡੀ ਲੱਗ ਗਈ ਮੇਰੀ ਥੋੜੀ ਜਿਹੀ ਇੰਨੀ ਕੁ ਰਹਿ ਗਈ ਇੰਨੀ ਕੁ ਨਹੀਂ ਇਹਨਾਂ ਦੇ ਕੋਟ ਪੈਂਟ ਦੇ ਉੱਪਰ ਲਾਉਣ ਵਾਲਾ ਸਮਾਨ ਨਹੀਂ ਮਿਲਿਆ ਮਤਲਬ ਮਿਲਿਆ ਪਰ ਵੀ ਇੰਨਾ ਖਾਸ ਜਿਹਾ ਨਹੀਂ ਸੀ ਨਹੀਂ ਮਿਲੀ ਹੈਗੀ ਤੇ ਉਹ ਉਦਾਂ ਤਾਂ ਮੈਂ ਲੈ ਲਈ ਆ ਸੈਕਿੰਡ ਚੁਆਇਸ ਦੇ ਵਜੋਂ ਜੇ ਕਿਤੇ ਨਾ ਹੀ ਮਿਲੇ ਫਿਰ ਉਹ ਲਾ ਲਊਗਾ ਉਦਾਂ ਹਜੇ ਮੈਂ ਛਾਨਬੀਨ ਕਰਦਾ ਪਿਆ ਇੱਕ ਸ਼ੌਪ ਇੱਕ ਅੱਧੀ ਸ਼ੌਪ ਤੋਂ ਵੀ ਕੋਈ ਮਿਲ ਜਾਵੇ ਵਧੀਆ ਜੀ ਹਾਂਜੀ ਤੇ ਬਾਕੀ ਚੂੜਾ ਐਤਕੀ ਮੈਂ ਥੋੜਾ ਜਿਹਾ ਚੇਂਜ ਕੀਤਾ ਆ ਮੈਂ ਤੁਹਾਨੂੰ ਦਿਖਾਉਂਗੀ ਘਰੇ ਜਾ ਕੇ ਪੂਰਾ ਹੀ ਚੇਂਜ ਕਰਦੀ ਸੱਚ ਕੱਢ ਦੇ ਮੂੰਹੋਂ ਪੂਰਾ ਚੇਂਜ ਕੀਤਾ ਆ ਪੂਰਾ ਥੋੜਾ ਜਿਹਾ ਨਹੀਂ ਮਤਲਬ ਮੇਰੇ ਕੁਝ ਨਵਾਂ ਜਿਹਾ ਕੀਤਾ ਆ ਆਪਣੇ ਵੱਲੋਂ ਅਗਲੇ ਨੇ ਕਹਿਣਾ ਘਰੇ ਵਿੱਚੋਂ ਦੋ ਬੰਗਾਂ ਚੇਂਜ ਕਰਾਤੀਆਂ ਪੂਰਾ ਚੇਂਜ ਕੀਤਾ ਇਹਨੇ ਤੁਸੀਂ ਹੋਰ ਪਾਸੇ ਨੂੰ ਗੱਲ ਲੈ ਕੇ ਮੇਰੇ ਕਹਿੰਦਾ ਮਤਲਬ ਉਹ ਨਹੀਂ ਸੀਗਾ ਦੇਖ ਲਓ ਅੱਜ ਤੋਂ ਹਜੇ ਤੱਕ ਹੈਗੀ ਆ ਚੰਗੀ ਤੋਂ ਅੱਜ ਤੋਂ ਗਰਮੀ ਵੀ ਲੱਗੀ ਤੇ ਸਾਡੇ ਮੂਹਰੇ ਬੰਦਾ ਕਰੋ ਜਿਹੜੇ ਅਰਦਾਸ ਕੀਤੀ ਸੀ ਤਕੜੀ ਅਰਦਾਸ ਉਹ ਕਿੰਨੇ ਕੀਤੀ ਸੀ ਬੜੀ ਤਕੜੀ ਸਾਡੇ ਜਿਹੜੇ ਕੰਮ ਨਹੀਂ ਹੁੰਦੇ ਸਿੱਧੇ ਕਹਦੇ ਕਰਾਂਗੇ ਹਾਂ ਹਾਂ ਯਾਰ ਇਹ ਹੁਣ ਜਿਹੜਾ ਜੇ ਉਹ ਦੇਖਦਾ ਪਿਆ ਵੀ ਅਰਦਾਸ ਕਰਦੇ ਮੈਂ ਛੇਤੀ ਛੇਤੀ ਕੈਨੇਡਾ ਚੱਲ ਜਾਵਾਂ ਹੋਰ ਕੁਛ ਨਹੀਂ ਬਸ ਅੱਜ ਤੋਂ ਕੁਛ ਵੀ ਨਾ ਖਾਸ ਹਰ ਚੀਜ਼ ਸੋਸ਼ਲ ਮੀਡੀਆ ਤੇ ਬੋਲਣੀ ਜ਼ਰੂਰੀ ਨਹੀਂ ਕੁਛ ਦੋ ਪਲ ਆਪਣੇ ਲਈ ਵੀ ਰੱਖ ਲੈਣੇ ਚਾਹੀਦੇ ਦੇਖੋ ਇਹ ਗੱਲ ਮੇਰਾ ਡਾਇਲੋਗ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਆ ਮੇਰਾ ਡਾਇਲੋਗ ਮੇਰੇ ਤੇ ਹੀ ਕਰ ਲੈ ਮਸ਼ੀਨ ਮੈਂ ਲੈ ਮੇਰੀ ਬਿੱਲੀ ਮੈਨੂੰ ਮਿਆਉਂ ਇਹ ਵੀ ਹੁਣ ਦੱਸਦੇ ਮੈਂ ਦੋ ਉਹ ਵਾਈਟ ਰਮਾਲ ਵੀ ਲਏ ਆ ਇਹ ਹੀ ਦੱਸਦੇ ਹਣ ਉਹ ਵਿਚਾਰਿਆਂ ਨੂੰ ਕਾਹਦੇ ਪਿੱਛੇ ਛੱਡ ਦਿੱਤਾ ਚੁੱਪ ਕਰ ਜਾ ਉਹ ਵੀ ਦੱਸਦੇ ਮੈਂ ਉਹ ਪਿੰਕ ਬੈਸਲਿਨ ਦਿਓ ਨਹੀਂ ਨਹੀਂ ਇਦਾਂ ਨਹੀਂ ਨਹੀਂ ਜਿਹੜੀ ਚੀਜ਼ ਉਹਨਾਂ ਤੋਂ ਨਾ ਇੱਕ ਚੀਜ਼ ਦੇਖਿਓ ਤੁਸੀਂ ਜਿਹੜੀ ਚੀਜ਼ ਦੁਕਾਨ ਵਾਲੇ ਤੋਂ ਨਹੀਂ ਹੈ ਨਾ ਉਹ ਧੱਕੇ ਨਾਲ ਦੂਜੀ ਚੀਜ਼ ਫੜਾਈ ਜਾਓਗੇ ਇਹ ਲੈ ਲਓ ਤੁਸੀਂ ਇਹ ਜ਼ਿਆਦਾ ਵਧੀਆ ਆ ਪਰ ਅੱਜ ਮੈਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਈ ਮੈਂ ਅੜੀ ਰਹੀ ਨਹੀਂ ਲੈਣਾ ਨਹੀਂ ਉਹ ਗੁਰਲੀਨ ਹੋ ਜਾਂਦੀ ਗੱਲਾਂ 'ਚ ਆ ਜਾਂਦੀ ਹੁੰਦੀ ਆ ਇਹਨਾਂ ਦੇ ਭਾਈਆਂ ਭੁਈਆਂ ਇਹਨਾਂ ਦੇ ਇਹਦਾ ਮੂੰਹ ਦੇਖਣ ਵਾਲਾ ਸੀ ਉਦੋਂ ਇਹਨੂੰ ਕਹਿੰਦਾ ਆਹ ਲੈ ਲਓ ਉਹ ਲੈ ਲਓ ਮਸੀ ਕਿਤੇ ਮੂੰਹ 'ਚੋਂ ਨਾ ਨਿਕਲਦੀ ਸੀਗੀ ਇੱਕ ਦੋ ਚੀਜ਼ਾਂ ਨੂੰ ਉਹਨੇ ਹਾਂ ਕਰਾਂਗਾ ਵੀ ਲਈ ਲੈ ਵੀ ਆਈ ਆ ਕਿਸੇ ਨੂੰ ਨੀ ਪਤਾ ਕਿਹੜੀ ਬੱਸ ਸੀ ਅਸੀਂ ਵੀ ਦੱਸਣਾ ਇਹੀ ਪਤਾ ਅਗਲਾ ਵੀ ਬਲੌਗ ਦੇਖਦਾ ਹੋਵੇ ਅੱਜ ਕੱਲ੍ਹ ਨਾ ਸਾਨੂੰ ਯਾਰ ਟੈਨਸ਼ਨ ਬੜੀ ਰਹਿੰਦੀ ਹੈ ਪਤਾ ਨਹੀਂ ਕਿਹੜੇ ਕਿਹੜੇ ਬਲੌਗ ਦੇਖੀ ਜਾਂਦੇ ਲੋਕ ਨਹੀਂ ਕੱਲ੍ਹ ਵੀ ਹੈ ਨਾ ਮੇਰੀ ਇੱਕ ਬਹੁਤ ਗੁਆਚੀ ਫਰੈਂਡ ਮੈਨੂੰ ਮਿਲੀ ਉਹ ਕਹਵੇ ਮੈਂ ਤੁਹਾਡੇ ਬਲੌਗ ਦੇਖਦੀ ਹੁੰਦੀ ਹਾਂ ਗੱਲ ਮੇਰੀ ਉਹਦੇ ਨਾਲ 2-3 ਸਾਲਾਂ ਬਾਅਦ ਹੋਈ ਆ ਉਹ ਮੈਨੂੰ ਵਧਾਈਆਂ ਦੇਵੇ ਉਹਨੂੰ ਸਾਰਾ ਕੁਛ ਪਤਾ ਮੇਰੇ ਬਾਰੇ ਕਿੱਥੇ ਮੇਰਾ ਵਿਆਹ ਹੋਇਆ ਸਾਰਾ ਕੁਛ ਹੈ ਨਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੇਰਾ ਕਿੱਥੇ ਹੋਇਆ ਉਹ ਆਪਣਾ ਦੱਸਣ ਕਹਿੰਦੀ ਮੈਨੂੰ ਤੇਰਾ ਪਤਾ ਆ ਕਹਿੰਦੀ ਮੈਂ ਦੇਖਦੀ ਹੁੰਦੀ ਬਲੌਗ 2-3 ਸਾਲਾਂ ਬਾਅਦ ਮੇਰੀ ਉਹਦੇ ਨਾਲ ਗੱਲ ਹੋਈ ਉਦੋਂ ਦੀ ਕੱਲ੍ਹ ਤਕਾਲਾ ਦੀ ਗੁਰਲੀ ਨੂੰ ਏਦਾਂ ਫੁੱਲ ਜੀ ਲੈ ਗਿਆ ਏਦਾਂ ਜ਼ਿਆਦਾ ਤਰੀਫ ਨਾ ਇਹਦੀ ਕਰਿਆ ਕਰੋ ਪਤਾ ਸਾਰਾ ਨੂੰ ਹੈਗਾ ਬਲੌਗ ਵਿੱਚ ਮੈਂ ਹੋਣ ਕਰਕੇ ਜ਼ਿਆਦਾ ਥੋੜਾ ਇੰਟਰਸਟਿੰਗ ਬਣ ਜਾਂਦਾ ਕੋਈ ਤਰੀਫ ਨਹੀਂ ਉਹਨੇ ਕੀਤੀ ਉਹਨੇ ਸਿਰਫ ਮੈਨੂੰ ਇੰਨਾ ਦੱਸ ਕੇ ਮੈਨੂੰ ਪਤਾ ਤੇਰਾ ਕਿੱਥੇ ਹੋਇਆ ਵਿਆਹ ਮੇਰੇ ਬਾਰੇ ਕੀ ਤਰੀਫ ਕੀਤੀ ਕੋਈ ਨਹੀਂ ਕੀਤੀ ਤੁਹਾਡੇ ਬਾਰੇ ਉਹਨੇ ਗੱਲ ਵੀ ਨਹੀਂ ਕੀਤੀ ਓ ਸ਼ਿਟ ਬਸ ਕੋਈ ਨਹੀਂ ਚਲੋ ਅਸੀਂ ਪਹੁੰਚ ਗਏ ਹਾਂ ਪਿੰਡ ਬਾਕੀ ਤੁਸੀਂ ਇਦਾਂ ਦੇ ਚੜਾਕੇਦਾਰ ਫੜਾਕੇਦਾਰ ਬਲੌਗ ਦੇਖਣ ਲਈ ਕੀ ਕਰ ਲਿਓ ਸਬਸਕ੍ਰਾਈਬ ਹਾਂਜੀ ਮਿਸਟਰ ਐਂਡ ਮਿਸਿਸ ਸਟਾਈਲਿਸ਼ ਹਾਂਜੀ ਤੇ ਹੁਣ ਦੇਖ ਲਓ ਮੈਂ ਦੂਜਾ ਪਾਰਟ ਬਣਾ ਮਤਲਬ ਇਹਦੇ ਵਿੱਚ ਹੀ ਐਡ ਕਰ ਦੇਣਾ ਸੀ ਹੁਣ ਇਹ ਚਾਹੁੰਦੇ ਮੈਂ ਦੂਜਾ ਪਾਰਟ ਬਣਾਵਾਂ ਰੈਗੂਲਰ ਬਲੌਗ ਇਦਾਂ ਦੇ ਆਉਂਦੇ ਰਹਿਣਗੇ ਕਿਉਂ ਜੇ ਇਹਨੇ ਐਡ ਕਰਨਾ ਹੁੰਦਾ ਇਹਨੇ ਕਹਿਣਾ ਸੀ ਰੁਕੋ 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 ਮੈਂ ਹਜੇ ਐਡ ਕਰਨਾ ਪਰ ਨਹੀਂ ਇਹ ਵੀ ਅੰਦਰੋਂ ਅੰਦਰ ਹੀ ਚਾਹੁੰਦੀ ਆ ਨਹੀਂ ਨਹੀਂ ਬਾਕੀ ਅਸੀਂ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਸਾਰਿਆਂ ਨੂੰ ਤੇ ਜਲਦੀ ਤੋਂ ਜਲਦੀ ਆਇਓ ਵੈਲਕਮ ਬੈਕ ਤੁਹਾਡਾ ਹਾਂਜੀ ਪਤਾ ਨਹੀਂ ਮੈਂ ਕੀ ਕਹਿ ਗਿਆ ਬਾਏ 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 ਸਿਫਤੇ ਦੀ ਮੈਂ ਤੁਹਾਨੂੰ ਦੱਸ ਦਿੰਦਾ ਆਹ ਦੇਖੋ ਇਹਦੀ ਸਿਫਤ ਆ ਮੇਰੀ ਧੌਣੇ ਨੇ ਜੋੜ ਦਿੱਤੀ ਸੈਲੋ ਟੇਪ ਦੇ ਨਾਲ ਦੂਰੋਂ ਦਿਖਾਓ ਦੇਖੋ ਪਤਾ ਲੱਗਦਾ ਟੁੱਟੀ ਸੀ ਪੈਂਟਾਂ ਇਦਾਂ ਤਾਂ ਨਹੀਂ ਪਤਾ ਲੱਗਦਾ ਜਦੋਂ ਇਹਨੂੰ ਮੈਂ ਹਲੋ ਨਾ ਮੇਰੀ ਧੌਣੇ ਅੱਗੇ ਪਿੱਛੇ ਹੁੰਦੀ ਆ ਮੈਂ ਇਹਨਾਂ ਨੂੰ ਦੱਸਿਆ ਵੀ ਆਪਾਂ ਨੂੰ ਉਹ ਚੀਜ਼ ਤਾਂ ਦਿਖਾਉਣੀ ਚੇਤਾ ਭੁੱਲ ਗਈ ਕਿਹੜੀ ਅੱਛਾ ਹਾਂਜੀ ਤੇ ਉਹਦੇ ਬਾਰੇ ਅਸੀਂ ਸੋਚਦੇ ਕੁਛ ਰਹਿ ਗਏ ਡਿਸਾਈਡ ਕੁਛ ਕੀਤਾ ਤੇ ਹੋਇਆ ਓਵਰ ਐਕਟਿੰਗ ਕਰਦੀ ਪਈ ਆ ਫੋਟੋ ਬਣਵਾਈ ਆ ਅਸੀਂ ਨਵੀਂ
ਫਿਰ ਮੈਂ ਉਹਨੂੰ ਹੋਰ ਦਿਖਾਈਆਂ 20-25 ਜਿਹੜੀਆਂ ਉਹਨੇ ਹੀ ਖਿੱਚੀਆਂ ਸੀ ਇੰਨੀਆਂ ਘੱਟੀਆਂ ਘੱਟੀਆਂ ਫੋਟੋਆਂ।